ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਕਾਰਾਂ ਇਸ ਹੱਦ ਤੱਕ ਗਿਰ ਚੁੱਕੀਆਂ ਕਿ ਖਨੌਰੀ ਬਾਰਡਰ, ਸ਼ੰਭੂ ਮੋਰਚੇ ਦੀ ਤੁਸੀਂ ਕੋਈ ਲਿਖ ਕੇ ਵੀਡੀਓ ਪਾਉਣੇ ਹੋ, ਖਨੌਰੀ ਬਾਰਡਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਟੀਮ ਲਈ ਜੋ ਧਰਨਾ ਲੱਗਿਆ ਹੋਇਆ ਸ੍ਰੀ ਦਰਬਾਰ ਸਾਹਿਬ, ਉੱਥੋਂ ਦੀ ਖਾਤਰ ਤੁਸੀਂ ਕੋਈ ਵੀਡੀਓ ਪਾਉਣੇ ਹੋ ਅਤੇ ਸਿੱਖ ਰਾਜ ਦੀ ਕੋਈ ਵੀਡੀਓ ਪਾਉਣੇ ਹੋ ਲਿਖ ਕੇ, ਉਹ ਨਾਲ ਦੀ ਨਾਲ ਜਿਹੜੀ ਆ ਤੁਹਾਡੀ ਉਹ ਵੀਡੀਓ ਵੀ ਬੰਦ ਹੋਊਗੀ ਅਤੇ ਤੁਹਾਡੇ ਪੇਜ ਦੇ ਉੱਤੇ ਵੀ ਉਹਦਾ ਇਫੈਕਟ ਪਊਗਾ। ਸੋ ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ 'ਚ ਰੱਖ ਲਿਓ। ਪਹਿਲਾਂ ਦੋ ਵੀਡੀਓਆਂ ਪਾਈਆਂ ਸੀ ਉਹ ਡਿਲੀਟ ਹੋ ਗਈਆਂ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸੰਬੰਧ 'ਚ ਅਤੇ ਮੋਰਚੇ ਦੇ ਸੰਬੰਧ, ਸ਼ੰਭੂ ਮੋਰਚੇ ਦੇ ਸੰਬੰਧ 'ਚ ਉਹ ਵੀ ਡਿਲੀਟ ਹੋ ਗਈਆਂ। ਉੱਤੋਂ ਇਹਨਾਂ ਨੇ ਪੇਜ ਦੀ ਰੀਚ ਘਟਾ ਕੇ ਬੈਨ ਕਰਤਾ। ਮਤਲਬ ਇਹ ਗੁਲਾਮੀ ਦੀ ਨਿਸ਼ਾਨੀ ਆ ਆਪਣੀ, ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਇਸ ਤਰ੍ਹਾਂ ਜਿਹੜੇ ਕਹਿੰਦੇ ਆ ਨਾ ਕਿ ਅਸੀਂ ਗੁਲਾਮ ਨਹੀਂ, ਫਿਰ ਦੱਸੋ ਵੀ ਇਹ ਆਜ਼ਾਦੀ ਆ। ਕਾਨੂੰਨ ਦੇ ਮੁਤਾਬਕ ਅਸੀਂ ਆਜ਼ਾਦ ਆ ਕਿ ਅਸੀਂ ਕੁਛ ਵੀ ਬੋਲ ਸਕਦੇ ਹਾਂ, ਪਰ ਜਦੋਂ ਸਾਡੀ ਆਵਾਜ਼ ਆ ਜਿਹੜੀ ਆ ਉਹ ਰੀਚ ਹੀ ਘਟਾ ਦਿੱਤੀ ਜਾਂਦੀ ਆ, ਲੋਕਾਂ ਤੱਕ ਪਹੁੰਚਾਈ ਨਹੀਂ ਜਾਂਦੀ, ਤੇ ਫਿਰ ਕਾਹਦਾ ਕਾਨੂੰਨ, ਕਾਹਦੇ ਅਸੀਂ ਹੈਗੇ ਹਾਂ ਆਜ਼ਾਦ। ਸੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਟੈਲੀਫੋਨ ਵੀ ਆਏ ਕਿ ਭਾਈ ਤੁਸੀਂ ਬੋਲੇ ਨਹੀਂ, ਤੁਸੀਂ ਖੜ੍ਹਦੇ ਨਹੀਂ, ਕੀ ਕਰ ਗਏ ਯਾਰ ਦੱਸੋ। ਮਤਲਬ ਪਹਿਲਾਂ ਪੋਸਟਾਂ ਪਾਈਆਂ ਉਹ ਡਿਲੀਟ ਹੋ ਗਈਆਂ ਨਾਲ ਦੀ ਨਾਲ, ਤੇ ਉਹਨਾਂ ਦੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਨਾਲ ਜਿਨ੍ਹਾਂ ਨੂੰ ਪਤਾ, ਉਹਨਾਂ ਨੂੰ ਪਤਾ ਕਿ ਅਸੀਂ ਜਦੋਂ ਖੜੇ ਸੀ ਉਦੋਂ ਵੀ ਖੜੇ ਸੀ, ਤੇ ਜਦੋਂ ਲੋੜ ਸੀ ਖੜਨ ਦੀ ਉਦੋਂ ਵੀ ਖੜੇ ਸੀ, ਤੇ ਹੁਣ ਕਿਉਂ ਨਾ ਖੜਾਂਗੇ ਯਾਰ। ਸੋ ਉਹਨਾਂ ਦੇ ਸੰਬੰਧ ਦੇ ਵਿੱਚ ਫੁੱਲ ਸਪੋਰਟ ਆ। ਵੱਧ ਤੋਂ ਵੱਧ ਸੰਗਤ ਨੂੰ ਵੀ ਅਪੀਲ ਕਰਦੇ ਹਾਂ ਕਿ ਮੈਂ ਇਹ ਨਹੀਂ ਕਹਿੰਦਾ ਕਿ ਜਿਹੜਾ ਜਿੰਨੇ ਜੋਗਾ ਹੈਗਾ, ਮੈਂ ਨਹੀਂ ਕਹਿੰਦਾ ਕਿ ਤੁਸੀਂ ਕਿਉਂ ਨਹੀਂ ਜਾਂਦੇ, ਫਲਾਨਾ ਕਿਉਂ ਜਾਵੇ ਕਿਉਂ ਨਾ ਜਾਵੇ, ਜਾਓ ਯਾਰ ਜਿੰਨੇ ਜੋਗੇ ਹੈਗੇ ਆ, 5 ਮਿੰਟ 10 ਮਿੰਟ 15 ਮਿੰਟ ਜਿਹੜੇ ਸੋਸ਼ਲ ਮੀਡੀਆ ਤੇ ਮਤਲਬ ਸਹਿਯੋਗ ਕਰਨਾ ਚਾਹੁੰਦੇ ਆ ਉਹਨਾਂ ਕੁ ਕਰ ਸਕਦੇ ਆ, ਉਹ ਉਹਨਾਂ ਕੁ ਕਰਨ। ਜਿਹੜੇ ਗਰਾਊਂਡ ਲੈਵਲ ਤੇ ਕਰ ਸਕਦੇ ਆ ਉਹ ਗਰਾਊਂਡ ਲੈਵਲ ਤੇ ਸਹਿਯੋਗ ਕਰਨ, ਬਾਕੀ ਜਿਹੜੇ ਉਸ ਤਰ੍ਹਾਂ ਦੇ ਤਰੀਕੇ ਨਾਲ ਕੋਈ ਸੇਵਾ ਜਾਂ ਕੋਈ ਉੱਥੇ ਹੋਰ ਕੋਈ ਗੱਲਬਾਤ ਕਰਕੇ ਕਰ ਸਕਦੇ ਹੋ, ਉਸ ਤਰ੍ਹਾਂ ਕਰਨ। ਆਪਾਂ ਕਿਸੇ ਨੂੰ ਵੀ ਉਹੋ ਜਿਹੀ ਕੋਈ ਗੱਲਬਾਤ ਨਹੀਂ ਕਰਨੀ, ਪਰ ਹਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਵੀ ਸੱਚ ਦਾ ਸਾਥ ਦਿੱਤਾ ਸੀ ਤੇ ਜਿਹੜੇ ਝੂਠੇ ਲੋਕ ਆ ਉਹਨਾਂ ਦੇ ਖਿਲਾਫ ਉਹ ਵੀ ਬੋਲੇ ਸੀ। ਸੋ ਇਹ ਜਿਹੜਾ ਸਟੇਜ ਹੋਊਗੀ, ਕੁਛ ਵੀ ਹੋਊਗੀ, ਉੱਥੇ ਸੱਚ ਦਾ ਬੋਲਣਾ ਜ਼ਰੂਰੀ ਹੈ। ਸੱਚ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ, ਕੋਈ ਵੀ ਨਹੀਂ ਹੋ ਸਕਦਾ, ਹੋਣਾ ਵੀ ਨਹੀਂ ਚਾਹੀਦਾ। ਜਿੰਨਾ ਕੁ ਸੱਚ ਬੋਲ ਸਕਦੇ ਉਹਨਾਂ ਬੋਲਣਾ ਚਾਹੀਦਾ। ਸੋ ਸਪੋਰਟ ਆ ਵੱਧ ਤੋਂ ਵੱਧ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਹਨਾਂ ਦੀ ਟੀਮ ਦੇ ਨਾਲ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੋ ਰਿਹਾ, ਬਹੁਤ ਹੀ ਮੰਦਭਾਗਾ। ਬਾਕੀ ਇਕੱਲੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨਹੀਂ, ਸਾਰੇ ਬੰਦੀ ਸਿੰਘਾਂ ਨੂੰ ਜਿਨ੍ਹਾਂ ਨੇ ਕੌਮ ਲਈ ਆਪਦਾ ਆਪਾ ਵਾਰਤਾ, ਆਪਦਾ ਪਰਿਵਾਰ ਵਾਰਤਾ ਸੰਘਰਸ਼ ਕੀਤਾ, ਉਹਨਾਂ ਲਈ ਵੀ ਸਾਰਿਆਂ ਨੂੰ ਵੱਧ ਚੜ੍ਹ ਕੇ ਖੜਨਾ ਚਾਹੀਦਾ ਤੇ ਉਹਨਾਂ ਨੂੰ ਵੀ ਪੰਜਾਬ ਲਿਆਉਣ ਦੀ ਗੱਲ ਕਰਨੀ ਚਾਹੀਦੀ ਆ। ਇਕੱਲੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਨਹੀਂ, ਉਹਨਾਂ ਦੀ ਬਹੁਤ ਵੱਡੀ ਦੇਣ ਆ ਬੰਦੀ ਸਿੰਘਾਂ ਦੀ। ਤੇ ਬਾਕੀ ਆਗੂ ਜਿਹੜੇ ਹੈਗੇ ਆ, ਜੇ ਆਗੂ ਚੰਗੇ ਹੁੰਦੇ ਤਾਂ ਇਸ ਹੱਦ ਤੱਕ ਨੌਬਤੀ ਨਹੀਂ ਆਉਂਦੀ ਸੀ। ਸੋ ਆਗੂ ਜਿਹੜੇ ਹੈਗੇ ਆ, ਆਗੂਆਂ ਨੇ ਮਤਲਬ ਜਿੰਨੇ ਵੀ ਯੋਧੇ, ਜਿੰਨੇ ਵੀ ਕੌਮੀ ਯੋਧੇ, ਜਿੰਨੇ ਵੀ ਕੌਮ ਦੇ ਲਈ ਸੰਘਰਸ਼ ਲੜਨ ਵਾਲੇ ਨੌਜਵਾਨ ਜਾਂ ਹੋਰ ਜਿੰਨੇ ਵੀ ਬਜ਼ੁਰਗ ਆ, ਸਾਰਿਆਂ ਦੇ ਘਰਾਂ ਦੇ ਹਾਲਾਤ ਕਿਸੇ ਨੇ ਨਹੀਂ ਦੇਖੇ। ਸੋ ਇੱਥੋਂ ਹੀ ਨੌਜਵਾਨੀ ਜਿਹੜੀ ਆ ਉਹ ਵੀ ਵਾਪਸ ਆਉਂਦੀ ਆ। ਨੌਜਵਾਨੀ ਵੀ ਕਿਉਂ ਨਹੀਂ ਜਾ ਰਹੀ, ਇਸੇ ਗੱਲ ਕਰਕੇ ਜਾ ਰਹੀ ਨਹੀਂ ਕਿਉਂਕਿ ਉਹਨਾਂ ਦੀ ਪੁੱਛਗਿੱਛ ਹੀ ਨਹੀਂ ਹੁੰਦੀ ਬਾਅਦ 'ਚ। ਆਗੂ ਕਿਉਂ ਬਣਾਏ, ਆਗੂਆਂ ਦਾ ਫਰਜ਼ ਕੀ, ਆਗੂ ਕਿਉਂ ਬਣਾਏ ਗਏ, ਆਗੂ ਕਿਉਂ ਬਣਾਏ, ਜਥੇਦਾਰ ਕਿਉਂ ਬਣਾਏ, ਇਸੇ ਗੱਲ ਕਰਕੇ ਬਣਾਏ ਕਿ ਨੌਜਵਾਨਾਂ ਦੇ ਘਰਾਂ ਨੂੰ ਬਾਅਦ ਦੇ ਵਿੱਚ ਉਹਨਾਂ ਦੀ ਫੁੱਲ ਸਪੋਰਟ ਮਿਲੇ, ਪਰ ਕੱਖ ਵੀ ਨਹੀਂ ਮਿਲਦਾ। ਪਿਛਲੀ ਵਾਰੀ ਕਾਨਿਸਤਾਨੀ ਸੰਘਰਸ਼ ਦੇ ਵਿੱਚ ਜੋ ਗਏ ਸੀ ਉਹਨਾਂ ਦਾ ਹਾਲ ਉਹਨਾਂ ਦਾ ਵੀ ਪਤਾ, ਤਰੀਕਾਂ ਇਕੱਲੀਆਂ ਉਹਨਾਂ ਨੂੰ ਭੁਗਤਣੀਆਂ ਪੈਂਦੀਆਂ, ਮਗਰ ਕੋਈ ਵੀ ਨਹੀਂ ਜਾਂਦਾ, ਪਰਿਵਾਰ ਨੂੰ ਕੋਈ ਵੀ ਨਹੀਂ ਵੇਂਦਾ, ਪਰਿਵਾਰ ਦੇ ਹਾਲਾਤਾਂ ਨੂੰ ਕੋਈ ਵੀ ਨਹੀਂ ਵੇਂਦਾ। ਇਸ ਕਰਕੇ ਜਿਹੜੀ ਨੌਜਵਾਨੀ ਆ ਉਹ ਪਿੱਛੇ ਹਟ ਰਹੀ ਹੈ। ਹੋਰ ਨੌਜਵਾਨੀ ਨੂੰ ਕੀ ਹੋਇਆ, ਨੌਜਵਾਨੀ ਤਿਆਰ ਪਰ ਤਿਆਰ ਆ, ਨੌਜਵਾਨੀ ਚਾਹੁੰਦੀ ਆ ਕਿ ਕੋਈ ਸਾਨੂੰ ਉਹੋ ਜਿਹਾ ਮਿਲੇ, ਪਰ ਉਹਨਾਂ ਨੂੰ ਕੋਈ ਵੀ ਨਹੀਂ ਮਿਲਦਾ। ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਆਏ ਸੀ ਲੱਗਦਾ ਸੀ ਕਿ ਯਾਰ ਵਾਕਈ ਗੱਲ ਬਣ ਗਈ, ਪਰ ਸਰਕਾਰਾਂ, ਤੁਹਾਨੂੰ ਪਤਾ ਸਰਕਾਰਾਂ ਨੇ ਉਹਨਾਂ ਨੂੰ ਵੀ ਚੱਕ ਕੇ ਅੰਦਰ ਮਾਰਿਆ।
ਸਿੱਧੀ ਲੜਾਈ ਆਪਾਂ ਨਹੀਂ ਲੜ ਸਕਦੇ, ਆਪਾਂ ਨੂੰ ਵੀ ਪਤਾ ਰਾਜਨੀਤਿਕ ਤੇ ਦਿਮਾਗੀ ਤੌਰ ਤੇ ਜੋਸ਼ ਤੇ ਹੋਸ਼ ਦੋਵਾਂ ਤਰੀਕਿਆਂ ਨਾਲ ਲੜਨਾ ਪੈਣਾ, ਪਰ ਕਿਤੇ ਨਾ ਕਿਤੇ ਨੌਜਵਾਨੀ ਇਹਨਾਂ ਗੱਲਾਂ ਤੋਂ ਨਿਰਾਸ਼ ਆ ਕੇ ਉਹਨਾਂ ਦੀ ਕੋਈ ਸਪੋਰਟ ਨਹੀਂ ਕਰਦਾ ਬੰਦਾ। ਗਰਾਊਂਡ ਲੈਵਲ ਤੇ ਜੇ ਉਹਨਾਂ ਨਾਲ ਗੱਲ ਕਰੀ, ਉਹ ਕਹਿੰਦੇ ਬਾਈ ਸਾਡਾ ਸਾਥ ਹੀ ਕਿਸੇ ਨੇ ਨਹੀਂ ਦਿੱਤਾ। ਦੱਸੋ ਫਿਰ ਉੱਥੇ ਕੀ ਨੌਜਵਾਨਾਂ ਨੂੰ ਕੀ ਜਵਾਬ ਦੇਈਏ? ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਕੌਮ ਦੀ ਗੱਲ ਕਰਨ ਪਿੱਛੇ ਜੇ ਕੌਮ ਲਈ ਆਪਣਾ ਕੋਈ ਨੁਕਸਾਨ ਹੁੰਦਾ ਤੇ ਮਤਲਬ ਇਹਦੇ 'ਚ ਕੋਈ ਦੋ ਰਾਇ ਨਹੀਂ ਕਿ ਨੁਕਸਾਨ ਹੋਣਾ ਹੀ ਹੋਣਾ, ਪਰ ਯਾਰ ਫਿਰ ਵੀ ਫੀਲ ਤਾਂ ਹੁੰਦਾ ਹੀ ਹੈ ਨਾ ਅਗਲੇ ਨੂੰ, ਹਰੇਕ ਨੂੰ, ਕਿ ਯਾਰ ਸਾਡਾ ਸਾਥ ਨਹੀਂ ਦਿੱਤਾ, ਸਾਡੇ ਪਰਿਵਾਰ ਦਾ ਮਗਰੋਂ ਕਿਸੇ ਨੇ ਨਹੀਂ ਧਿਆਨ ਰੱਖਿਆ। ਅੱਜ ਕੱਲ੍ਹ ਜਿਹੜੇ ਕਮੈਂਟਾਂ ਦੇ ਵਿੱਚ ਕਹਿੰਦੇ ਹਾਂ ਜੀ ਤੂੰ ਇੱਥੇ ਤੂੰ ਐਂ ਨਹੀਂ ਕੀਤਾ, ਤੂੰ ਐਂ ਨਹੀਂ ਕੀਤਾ, ਐਂ ਨਹੀਂ ਕੀਤਾ, ਬਹੁਤ ਸਾਰੇ ਬਾਹਰ ਬੈਠੇ ਆ, ਉਹ ਬਾਹਰੋਂ ਸਪੋਰਟ ਕਰੀ ਜਾਂਦੇ ਆ, ਅਤੇ ਉਹਨਾਂ ਦੇ ਪਰਿਵਾਰ ਆ ਇੱਧਰ, ਉਹਨਾਂ ਨੂੰ ਵੀ ਜਾਣਾ ਚਾਹੀਦਾ ਉੱਥੇ, ਜਿਨ੍ਹਾਂ ਦੇ ਬਾਹਰ ਲਿਆਂਦੇ ਪਰਿਵਾਰ ਆ ਇੱਥੇ, ਉਹਨਾਂ ਪਰਿਵਾਰਾਂ ਨੂੰ ਵੀ ਉੱਥੇ ਜਾਣਾ ਚਾਹੀਦਾ ਧਰਨੇ ਦੇ ਵਿੱਚ। ਸੋ ਮਸਲਾ ਇੱਥੇ ਇਹੀ ਆਉਂਦਾ ਕਿ ਆਗੂਆਂ ਨੂੰ ਬੇਨਤੀ ਆ ਕਿ ਨੌਜਵਾਨੀ ਦਾ ਧਿਆਨ ਰੱਖੋ, ਨੌਜਵਾਨੀ ਨੂੰ ਪੁੱਛੋ, ਉਹਨੂੰ ਜਾਂਚੋ, ਉਹਨੂੰ ਪਰਖੋ, ਉਹਨੂੰ ਵੇਖੋ ਯਾਰ ਕਿ ਹਾਂ ਠੀਕ ਆ। ਇਹ ਨਾ ਕਿ ਬਸ ਜੇਲ੍ਹ ਚਲੇ ਗਈ ਨੌਜਵਾਨ ਅਤੇ ਉਦੋਂ ਬਾਅਦ ਬਸ ਗੱਲ ਖਤਮ, ਮਗਰੋਂ ਕੋਈ ਨਹੀਂ ਧਿਆਨ ਰੱਖਦਾ ਹੁੰਦਾ, ਇਹ ਸਪਸ਼ਟ ਆ ਗੱਲ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸੰਬੰਧ 'ਚ ਜੇਲ੍ਹ ਗਏ ਸੀਗੇ ਅਤੇ ਪਤਾ ਹੀ ਹੁੰਦਾ ਪਰਿਵਾਰ ਦਾ ਜੋ ਹਾਲਾਤ ਹੁੰਦੇ ਆ, ਮਗਰੋਂ ਨਾ ਇਹ ਜਿਹੜੇ ਕਮੈਂਟ ਅੱਜ ਕਰਦੇ ਫਿਰਦੇ ਆ ਨਾ ਕਿ ਤੂੰ ਨਹੀਂ ਬੋਲਦਾ ਤੂੰ ਨਹੀਂ ਬੋਲਦਾ, ਇਹ ਤੁਹਾਡੇ ਵਰਗੇ ਨਾ ਉਦੋਂ ਆਪਣਾ ਅੰਮ੍ਰਿਤਪਾਲ ਸਿੰਘ ਦੀਆਂ ਉਦੋਂ ਡੀਪੀਆਂ ਤੱਕ ਲਾ ਗਏ ਸੀਗੇ ਆਪਦੇ ਫੇਸਬੁੱਕ ਆਈਡੀਆਂ ਦੇ ਉੱਤੋਂ, ਇੰਸਟਾਗ੍ਰਾਮ ਦੇ ਉੱਤੋਂ, ਅਤੇ ਅੱਜ ਤੁਸੀਂ ਬੋਲਦੇ ਹੋ, ਅਤੇ ਸਾਡੀਆਂ ਉਦੋਂ ਵੀ ਲੱਗੀਆਂ ਸੀ ਡੀਪੀਆਂ ਅਤੇ ਅੱਜ ਵੀ ਲੱਗੀਆਂ ਹੋਈਆਂ। ਸੋ ਓਨਾ ਕੁ ਬੋਲਿਆ ਕਰੋ ਜਿੰਨਾ ਕੁ ਬੋਲਣਾ ਚਾਹੀਦਾ, ਜਿੰਨਾ ਕੁ ਤੁਸੀਂ ਬੋਲ ਸਕਦੇ ਹੋ, ਜਾਂ ਜਾਂਚ ਪਰਖ ਕਰ ਲਿਆ ਕਰੋ ਹਰੇਕ ਦੀ ਕਿ ਯਾਰ ਕਿਹੜਾ ਕਿੰਨੇ ਜੋਗਾ, ਕਿਹਨੇ ਕਦੋਂ ਕੀ ਕੀਤਾ ਕੀ ਨਹੀਂ ਕੀਤਾ। ਜਿੰਨੇ ਜੋਗੇ ਹੈਗੇ ਕਰ ਰਹੇ ਹਾਂ, ਕੌਮ ਲਈ ਸੰਘਰਸ਼ ਕਰ ਰਹੇ ਹਾਂ ਤਾਂ ਕਿ ਕੌਮ ਜਿਹੜੀ ਆ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ, ਦੀਵਾ ਜਿਹੜਾ ਕੌਮ ਦਾ ਕੌਮੀਅਤ ਦਾ ਉਹ ਜਗਦਾ ਰਹੇ। ਸੋ ਮਸਲਾ ਇਹੀ ਆਉਂਦਾ। ਸੋ ਵੱਧ ਤੋਂ ਵੱਧ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ, ਜ਼ਰੂਰੀ ਨਹੀਂ ਕਿ ਜੇ ਉੱਥੇ ਧਰਨੇ ਦੇ ਵਿੱਚ ਨਹੀਂ ਜਾਇਆ ਜਾਂਦਾ ਤਾਂ ਆਪਣੇ ਤੌਰ 'ਤੇ ਜਿੱਦਾਂ ਵੀ ਜਿਵੇਂ ਵੀ ਤੁਹਾਨੂੰ ਸੈੱਟ ਲੱਗਦਾ, ਸੋ ਸੰਘਰਸ਼ ਜਿਹੜਾ ਆਵਾਜ਼ ਆ ਜਿਹੜੀ ਉਹ ਜ਼ਰੂਰ ਬੁਲੰਦ ਕਰੋ, ਪਰ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਆਵਾਜ਼ ਬੁਲੰਦ ਹੋਵੇ, ਪਰ ਆਪਾਂ ਨੂੰ ਕਰਨੀ ਬਣਦੀ ਆ, ਕਰਨੀ ਚਾਹੀਦੀ ਆ, ਨੌਜਵਾਨਾਂ ਦੇ ਨਾਲ ਖੜਨਾ ਚਾਹੀਦਾ, ਤਾਂ ਹੀ ਜਿਹੜੇ ਗਾਂਹ ਜਿਹੜਾ ਕੌਮੀਅਤ ਦੀ ਗੱਲ ਹੋਊਗੀ। ਬੰਦੀ ਸਿੰਘਾਂ ਦਾ ਮੋਰਚਾ ਮੋਹਾਲੀ ਵੀ ਲੱਗਿਆ ਹੋਇਆ, ਉੱਥੇ ਜੋ ਹਾਲਾਤ ਆ ਉਹ ਆਪਾਂ ਨੂੰ ਪਤਾ, ਰਾਤ ਨੂੰ ਉੱਥੇ 5-7 ਜਣੇ ਹੁੰਦੇ ਮਸਾਂ, ਉਹ ਵੀ ਬੰਦੀ ਸਿੰਘਾਂ ਦਾ ਮੋਰਚਾ, ਜਿਹੜਾ ਦਰਬਾਰ ਸਾਹਿਬ ਲਾਇਆ ਉਹ ਵੀ ਬੰਦੀ ਸਿੰਘਾਂ ਦਾ ਮੋਰਚਾ। ਸੋ ਮਸਲਾ ਇੱਥੇ ਇਹੀ ਆਉਂਦਾ ਕਿ ਨੌਜਵਾਨ ਜਿਹੜੇ ਆ ਉਹ ਨਿਰਾਸ਼ ਆ ਕਿ ਸਾਡੇ ਪਿੱਛੇ ਕੋਈ ਨਹੀਂ ਆਉਂਦਾ, ਸਾਡੇ ਆਗੂ ਪਿੱਛੇ ਕੋਈ ਨਹੀਂ ਆਉਂਦੇ। ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਗੱਲਾਂ ਸੱਚੀਆਂ ਕਰਤੀਆਂ ਕਿ ਯਾਰ ਆਗੂ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਕਹੇ ਵੀ ਤੇਰੇ 'ਤੇ ਤੱਤੀ ਵਾਲ ਨਹੀਂ ਆਉਂਦੀ, ਤੇਰੇ ਪਰਿਵਾਰ ਦਾ ਅਸੀਂ ਧਿਆਨ ਰੱਖਾਂਗੇ, ਸਾਰਾ ਕੁਛ ਕਰਾਂਗੇ, ਸੰਘਰਸ਼ ਲੜ। ਸਹੀ ਗੱਲ ਆ, ਸਪੋਰਟ ਕਰਦੇ ਹਾਂ ਯਾਰ, ਸੱਚ ਨੂੰ ਸਪੋਰਟ ਕਰਨੀ ਬਣਦੀ ਆ, ਜਿੰਨਾ ਮਰਜ਼ੀ ਪਾਸੇ ਹੋ ਜਾਓ ਤੁਸੀਂ, ਸੱਚ ਤਾਂ ਸੱਚ ਹੀ ਰਹੂਗਾ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਦੋਂ ਬਾਹਰ ਸੀਗੇ ਉਹਨਾਂ ਨੇ ਵੀ ਹਮੇਸ਼ਾ ਸੱਚ ਦੀ ਗੱਲ ਕੀਤੀ ਆ, ਜਿਹੜੇ ਝੂਠੇ ਸੀ ਉਹਨਾਂ ਦੇ ਖਿਲਾਫ ਬੋਲੇ ਆ, ਅਤੇ ਆਪਾਂ ਇਸ ਗੱਲ ਤੋਂ ਮਨਕਰ ਨਹੀਂ ਹੋ ਸਕਦੇ। ਸੋ ਵੱਧ ਤੋਂ ਵੱਧ ਸਪੋਰਟ ਕਰੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਲਈ ਜੋ ਧਰਨਾ ਲੱਗਿਆ ਹੋਇਆ, ਉਹਦੀ ਸਪੋਰਟ ਕਰਨੀ ਬਣਦੀ ਆ। ਬਾਕੀ ਜੋ ਪਰਿਵਾਰ ਵੱਲੋਂ ਮਾਤਾ ਵੱਲੋਂ ਜੋ ਹੜਤਾਲ ਰੱਖੀ ਗਈ ਆ, ਸੋ ਹਾਲਾਤ ਆ ਜੋ ਉੱਥੇ ਉਹ ਵੀ ਆਪਾਂ ਨੂੰ ਪਤਾ। ਸੋ ਬਹੁਤ ਮੰਦਭਾਗੀ ਜਿਹੜੀ ਗੱਲ ਆ, ਬਹੁਤ ਹੀ ਆਪਣੀ ਜਿਹੜੀ ਸਿਚੁਏਸ਼ਨ ਇਹੋ ਜਿਹੀ ਹੋਈ ਪਈ ਆ ਕਿ ਆਪਾਂ ਨੂੰ ਸਿੱਖ ਰਾਜ ਦੀ ਗੱਲ ਕਰਨ ਵਾਲਿਆਂ ਨੂੰ, ਕੌਮੀਅਤ ਦੀ ਗੱਲ ਕਰਨ ਵਾਲਿਆਂ ਨੂੰ ਵੀ ਧਰਨੇ ਲਾਉਣੇ ਪੈ ਰਹੇ ਆ, ਇਹ ਸੋਚਣਾ ਪਊਗਾ ਕੁਛ। ਸੋ ਵੱਧ ਤੋਂ ਵੱਧ ਸਪੋਰਟ ਕਰੋ, ਜਿਉਂਦੇ ਵੱਸਦੇ ਰਹੋ, ਆਪਣੇ ਆਪਣੇ ਮੁਤਾਬਕ ਸਪੋਰਟ ਕਰੋ ਜਿੰਨਾ ਕੁ ਤੁਸੀਂ ਕਰ ਸਕਦੇ ਹੋ, ਤੁਸੀਂ ਵੀ